ਸਾਵਣ ਮਹੀਨੇ ਦੀ ਪਹਿਲੀ ਬਾਰਿਸ਼ ਨੇ ਲੀਡਰਾਂ ਦੇ ਸੁਪਨਿਆਂ ਦੇ ਸ਼ਹਿਰ ਗਿੱਦੜਬਾਹ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਭਾਵੇਂ ਇਸ ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ, ਪਰ ਰਾਹਤ ਦੇ ਨਾਲ ਨਾਲ ਇਹ ਬਾਰਿਸ਼ ਲੋਕਾਂ ਲਈ ਆਫਤ ਬਣ ਕੇ ਆਈ। ਪਹਿਲੇ ਬਾਰਿਸ਼ ਕਾਰਨ ਹੀ ਗਿੱਦੜਬਾਹ ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ ਤੇ ਕਈ ਦੁਕਾਨਾਂ ਤੇ ਘਰਾਂ ਵਿੱਚ ਬਾਰਿਸ਼ ਦਾ ਪਾਣੀ ਵੀ ਵੜ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜੇਕਰ ਗੱਲ ਕਰੀਏ ਸਕੂਲੀ ਵਿਦਿਆਰਥੀਆਂ ਦੀ ਤਾਂ ਸਕੂਲੀ ਲੜਕੀਆਂ ਨੂੰ ਇਸ ਬਾਰਿਸ਼ ਕਾਰਨ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਕੁਝ ਮੋਟਰਸਾਈਕਲ ਤੇ ਸਕੂਟਰ ਕਾਰ ਜੀਪ ਵੀ ਬਾਰਿਸ਼ ਕਾਰਨ ਵਿਚਕਾਰ ਹੀ ਬੰਦ ਹੋ ਗਏ। ਕੁਝ ਲੋਕਾਂ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਲੱਖਾਂ ਕਰੋੜਾਂ ਰੁਪਏ ਲਗਾ ਕੇ ਸੀਵਰ ਦੀ ਸਫਾਈ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਨੇ, ਪਰ ਲੱਗਦਾ ਇਹ ਦਾਅਵੇ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਏ ਨੇ। ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਸਲੀਮ ਖਾਨ। ਸਲੀਮ ਖਾਨ ਜੀ, ਕੀ ਕਹਿਣਾ ਚਾਹੋਗੇ ਜਿਹੜੀ ਅੱਜ ਸਾਵਣ ਦੇ ਮਹੀਨੇ ਦੀ ਪਹਿਲੀ ਵਾਰ ਬਾਰਿਸ਼ ਹੋਈ? ਸਾਵਣ ਦੀ ਬਾਰਿਸ਼ ਬਾਰੇ ਕਹਾਂਗੇ ਜੀ, ਸਾਰੇ ਭਰਾਵਾਂ ਨੂੰ ਸ਼ਹਿਰ ਵਾਸੀਆਂ ਬਹੁਤ ਮੁਬਾਰਕਾਂ। ਜਿਹੜੇ ਤਪਦੀ ਇਸ ਗਰਮੀ ਤੋਂ ਰਾਹਤ ਦਿੱਤੀ ਮਾਲਕ ਨੇ, ਮਾਲਕ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਨਾਲੇ ਆਪਣੇ ਨਗਰ ਕੌਂਸਲ ਭਰਾਵਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਵੀ ਜਿਨ੍ਹਾਂ ਨੇ ਬਾਰ ਦੇ ਵਿੱਚ ਹੀ ਗੋਡੇ ਗੋਡੇ ਪਾਣੀ ਅਤੇ ਤਰੱਕੀ ਦੀ ਅਤੇ ਸਾਰੀਆਂ ਚੀਜ਼ਾਂ ਦੀ ਉਹਨਾਂ ਨੂੰ ਦੇਖ ਰੇਖ ਰੱਬ ਨੇ ਚਾਨਣਾ ਪਾਇਆ। ਤੁਹਾਨੂੰ ਲੱਗਦਾ ਜਿਹੜਾ ਪਿਛਲੇ ਦਿਨੀ ਜਿਹੜੇ ਸੀਵਰਾਂ ਵਗੈਰਾ ਦੀ ਸਫਾਈ ਹੋਈ ਸੀਗੀਆਂ, ਇੰਨੀਆਂ ਇੰਨੀਆਂ ਮਸ਼ੀਨਾਂ ਲਿਆ ਕੇ ਇੰਨੀਆਂ ਮਹਿੰਗੀਆਂ, ਕੀ ਲੱਗਦਾ ਵੀ ਉਸ 'ਚ ਕਿੰਨੀ ਕੁ ਸੱਚਾਈ ਹੈਗੀ ਹੈ? ਸੱਚਾਈ ਦੇਖੋ ਜੀ, ਉਹਨਾਂ ਨੇ ਜੋ ਆਪਦੀ ਕੋਸ਼ਿਸ਼ ਕੀਤੀ, ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ, ਕੋਸ਼ਿਸ਼ ਕੀਤੀ, ਪਰ ਤਕਰੀਬਨ ਸੱਚਾਈ ਤਾਂ ਸਾਹਮਣੇ ਹੀ ਹੈ ਸਾਰੀ ਉਸ ਚੀਜ਼ ਦੀ, ਕਿਉਂਕਿ ਪਾਣੀ ਦਾ ਨਿਕਾਸ ਹੈ ਜਿਹੜਾ ਉਹ ਪ੍ਰੋਪਰ ਨਹੀਂ ਹੋ ਰਿਹਾ। ਬਾਰਿਸ਼ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਘੱਟ ਹੋਈ ਹੈ, ਪਰ ਬਹੁਤ ਇੰਨੀ ਵੀ ਨਹੀਂ ਕਹਿ ਸਕਦੇ ਵੀ ਇੰਨਾ ਪਾਣੀ ਰੁਕ ਗਈ। ਕਿੰਨਾ ਜੇ ਗੱਲ ਕਰੀਏ ਆਮ ਦੁਕਾਨਦਾਰ, ਕਿੰਨੇ ਕੁ ਦੁਕਾਨਦਾਰਾਂ ਦੇ ਵਿੱਚ ਵੀ ਪਾਣੀ ਬਣ ਗਿਆ ਦੁਕਾਨਾਂ? ਦੁਕਾਨਦਾਰ ਤਕਰੀਬਨ ਜੀ ਪੂਰੀ ਆਪਣੀ 70% ਮੰਡੀ ਦੀ ਆਪਾਂ ਦੇਖ ਸਕਦੇ ਹਾਂ ਹੁਣ ਬੰਦ ਪਈ ਹੈ ਹਰੇਕ ਦੀ ਬਾਰਿਸ਼। ਦੁਕਾਨਦਾਰ ਤੁਸੀਂ ਆਪਾਂ ਬਾਜ਼ਾਰ ਦੇਖ ਸਕਦੇ ਹਾਂ ਸਾਰਾ। ਤੁਸੀਂ ਅਗਰ ਮੈਂ ਬੇਨਤੀ ਤੁਹਾਨੂੰ ਕਰੂੰਗਾ ਜਾ ਕੇ ਉਹਨਾਂ ਦੀ ਤੁਸੀਂ ਨਜ਼ਰ ਕਰਵਾਓ ਤਾਂ ਤਕਰੀਬਨ 70% ਦੁਕਾਨਾਂ ਬੰਦ ਹੀ ਪਈਆਂ। ਪਾਣੀ ਵੀ ਵਰ ਚੁੱਕਿਆ ਦੁਕਾਨਾਂ 'ਚ? ਕਿੰਨੀ ਕਾਫੀ ਆ, ਗੁਆਂਢੀ ਆ ਆਪਣੇ ਛੇਤੀ ਸਾਹਿਬ, ਉਹਨਾਂ ਦੀ ਉਸ ਚੀਜ਼ ਉਹਨਾਂ ਦੀ ਵਿਚਾਰਿਆਂ ਦੀ ਪਰੇਸ਼ਾਨੀ ਹੁੰਦੀ ਹੈ। ਗਾਹਕ ਪਾਣੀ ਬਾਰਿਸ਼ ਕਰਕੇ ਰੁਕ ਕਰਕੇ ਫਿਰ ਗਾਹਕੀ ਨਹੀਂ ਆਉਂਦੀ, ਜਦ ਦੁਕਾਨਦਾਰ ਨੂੰ ਤਾਂ ਪਰੇਸ਼ਾਨੀ ਹੁੰਦੀ ਹੈ। ਸਾਉਣ ਦੇ ਮਹੀਨੇ ਦੀ ਜਿਹੜੀ ਪਹਿਲੀ ਬਾਰਿਸ਼ ਪਈ ਹੈ, ਪਹਿਲੀ ਬਾਰਿਸ਼ ਨੇ ਜੀ ਜਿਹੜੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ, ਜਿਹੜਾ ਪਹਿਲੀ ਬਾਰਿਸ਼ ਨਾਲ ਹੀ ਹੈਗਾ ਜਿਹੜਾ ਮੀਂਹ ਦਾ ਪਾਣੀ ਹੈਗਾ ਜਿਹੜਾ ਬਹੁਤ ਵੱਡੇ ਪੱਧਰ 'ਤੇ ਖੜ੍ਹ ਚੁੱਕਿਆ ਹੈਗਾ। ਦੁਕਾਨਾਂ ਦੀ ਗੱਲ ਕਰੀਏ, ਦੁਕਾਨਾਂ ਸਾਰੀਆਂ ਬੰਦ ਹੋ ਚੁੱਕੀਆਂ, 70% ਦੁਕਾਨਾਂ ਜਿਹੜੀਆਂ ਬੰਦ ਹੋ ਚੁੱਕੀਆਂ। ਲੱਖਾਂ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਜਿਹੜੀਆਂ ਲਿਆਂਦੀਆਂ ਗਈਆਂ ਸੀ ਸੀਵਰ ਦੀ ਸਫਾਈ ਵਾਸਤੇ, ਸਮੇਂ ਸਮੇਂ ਦੀਆਂ ਸਰਕਾਰਾਂ, ਚਾਹੇ ਅਕਾਲੀ ਦਲ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ, ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ, ਇਹ ਦਾਅਵੇ ਕੀਤੇ ਸੀ, ਅਸੀਂ ਕਰੋੜਾਂ ਰੁਪਏ ਲਾ ਕੇ ਸੀਵਰ ਦੀ ਸਫਾਈ ਕਰਾਈ ਹੈ, ਸੀਵਰ ਦੀ ਅਸੀਂ ਵਧੀਆ ਤਰੀਕੇ ਨਾਲ ਜਿਹੜਾ ਸੀਵਰ ਕਦੇ ਬੰਦ ਨਹੀਂ ਹੋਏਗਾ, ਪਰ ਪਹਿਲੀ ਬਾਰਿਸ਼ ਨੇ ਹੀ ਜਿਹੜੇ ਉਹਨੇ ਦਾਅਵਿਆਂ ਦੀ ਜਿਹੜੇ ਵਾਅਦਿਆਂ ਦੀ ਜਿਹੜੀ ਹੈ ਪੋਲ ਖੋਲ੍ਹ ਕੇ ਰੱਖ ਦਿੱਤੀ ਹੈਗੀ ਹੈ। ਤੁਸੀਂ ਸਾਰਾ ਦੇਖ ਸਕਦੇ ਹੋ ਵੀ ਕਿੰਨਾ ਜਿਹੜਾ ਪਾਣੀ ਇੱਥੇ ਭਰ ਚੁੱਕਿਆ ਹੈਗਾ ਅਤੇ ਕਿੰਨਾ ਲੋਕਾਂ ਦਾ ਬੁਰਾ ਹਾਲ ਹੈ। ਜ਼ਿਆਦਾਤਰ ਦੁਕਾਨਾਂ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਹੈ, ਕਈ ਲੋਕਾਂ ਦਾ ਜਿਹੜਾ ਸਮਾਨ ਵੀ ਖਰਾਬ ਹੋ ਚੁੱਕਿਆ ਹੈਗਾ। ਆਮ ਜਿਹੜੀਆਂ ਇੱਥੇ ਕੁੜੀਆਂ ਵਾਲਾ ਸਕੂਲ ਸੀਗੇ, ਕੁੜੀਆਂ ਨੂੰ ਵੀ ਬੜੀ ਮੁਸ਼ਕਲ ਨਾਲ ਜਿਹੜਾ ਆਪਣੇ ਘਰ ਜਾਣਾ ਵੀ ਜਿਹੜਾ ਔਖਾ ਹੋ ਗਿਆ, ਪਾਣੀ ਇੰਨਾ ਜ਼ਿਆਦਾ ਖੜ ਚੁੱਕਿਆ ਸੀਗਾ। ਅਤੇ ਇਹ ਦੇਖਣਾ ਹੋਏਗਾ ਵੀ ਪ੍ਰਸ਼ਾਸਨ ਜਿਹੜੇ ਵਾਅਦੇ ਕਰਦਾ ਹੈ, ਜਿਹੜੇ ਦਾਅਵੇ ਕਰਦਾ ਹੈਗਾ, ਇਹ ਕਿੰਨਾ ਚਿਰ ਇਹਨਾਂ ਦਾਅਵਿਆਂ ਦਾਅਵੇ ਵਾਅਦਿਆਂ 'ਤੇ ਸੱਚ ਉਤਰਦਾ ਹੈਗਾ। ਸੋਨੀ ਟੱਲਾ, ਰਿਪੋਰਟਰ, ਗਿੱਦੜਬਾਹ।